ਹਰ ਇੱਕ ਵਰਗ ਇਸ ਸਰਕਾਰ ਤੋਂ ਤੰਗ ਹੋ ਚੁੱਕਾ ਹੈ ਔਰ ਇਹਦੀਆਂ ਨੀਤੀਆਂ ਤੋਂ ਤੰਗ ਹੋ ਚੁੱਕਾ ਹੈ। ਮੈਂ ਜੋ ਪੰਜਾਬ ਦਾ ਇਸ ਵੇਲੇ ਦਾ ਮਾਹੌਲ ਹੈ ਉਹ ਇਹ ਹੈ ਕਿ ਪੰਜਾਬ ਦੇ ਲੋਕ ਇਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਇਸ ਵੇਲੇ ਫੈਸਲਾ ਕਰਕੇ ਬੈਠੇ ਆ ਕਿ ਅਸੀਂ ਆਉਣ ਵਾਲੀ 30 ਤਰੀਕ ਨੂੰ ਪੰਜਾਬ ਦੇ ਵਿੱਚੋਂ ਇਸ ਰਾਜ ਨੂੰ ਬਦਲ ਦੇਣਾ ਔਰ ਇਹ ਰਾਜ ਬਦਲਿਆ ਜਾਣਾ ਹੈ ਤੁਹਾਡੀ ਵੋਟ ਦੇ ਨਾਲ, ਕਿਉਂਕਿ ਇਸ ਰਾਜ ਦੇ ਵਿੱਚ ਪੰਜਾਬ ਦਾ ਜੋ ਸੱਤਿਆਨਾਸ਼ ਹੋਇਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਪੰਜਾਬ ਦਾ ਸੂਬਾ ਪਹਿਲੇ ਨੰਬਰ ਦਾ ਸੂਬਾ ਜਿਹੜਾ ਆ ਦੇਸ਼ 'ਚ 23ਵੇਂ ਨੰਬਰ 'ਤੇ ਚਲਾ ਗਿਆ। ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਇੱਕ ਇੱਕ ਕੀਮਤੀ ਵੋਟ ਸਰਦਾਰ ਕੁਲਜੀਤ ਸਿੰਘ ਨਾਗਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਕਰ। ਸਾਡੀ ਸਾਰੇ ਮਾਜੀ ਮਿੰਟਰਾਂ ਨੂੰ ਬੇਨਤੀ ਆ ਕਿ ਸਰਦਾਰ ਕੁਲਜੀਤ ਸਿੰਘ ਨਾਗਰਾ ਨੂੰ ਵੋਟ ਪਾ ਕੇ ਕਾਮਯਾਬ ਕਰੋ। ਕਾਮਯਾਬੀ ਸਾਡੀ ਆਪਣੀ ਕਾਮਯਾਬੀ ਸਾਡੇ ਇਲਾਕੇ ਦੀ ਕਾਮਯਾਬੀ।